दिमाग दे विच वी ये गोडा हुण चेंज करे दी गल बणनी है जां डाक्टर कहिंदे चेंज ही होऊ मेरा चैलेंज है जिहड़ा मर्जी दिओ मैनूं केस मलका मैं उहनूं तोड़ के दिखाऊंगा। ऑपरेशन कराउण नूं तैयार सी, बुरा हाल आ मेरा, बहुत औखा सी। डॉक्टर ने कहा जी ऑपरेशन करा लो। हाँ, जिहनूं दिखाउणा कहिंदा गैप पै गया, उह हो गया, यानी तैनूं कराउणा ही पैणा। ਜਿਹੜਾ ਇਹ ਕਹਿੰਦੇ ਆ ਰੀੜ ਦੀ ਹੱਡੀ ਮਣਕਿਆਂ 'ਚ ਗਾਇਬ ਆ ਗਿਆ ਜੀ, MRI ਕਰਵਾਈ ਫਿਰਦੇ ਆ 4-5 L 'ਚ, ਮਾਲਸ਼ਾਂ ਕਰਾਓ, ਫੇਰ ਕਹਿੰਦੇ ਪੱਟੀ ਬੰਨ ਕੇ ਫਿਰੋ, ਫੇਰ ਕਹਿੰਦੇ ਪੱਟੀ ਨਹੀਂ ਕੋਈ ਪੱਟਾ ਨਹੀਂ ਕੋਈ ਖਿੱਚ ਨਹੀਂ, ਆ ਤੇਰੇ ਸਾਹਮਣੇ ਆ ਆਹ ਹੈਗਾ ਆ, ਇਹਦੇ ਨਾਲ ਹੀ ਕਰਦੇ ਕਰਦੇ 4-5 ਮਿੰਟ ਦੇ ਵਿੱਚ ਰਿਲੀਫ ਮਿਲ ਜਾਂਦੀ ਆ। 4-5 ਮਿੰਟ ਕਿਹਦੇ ਜੀ, ਸਿਰਫ 30 ਸੈਕਿੰਡ ਲੱਗਦੇ ਆ, ਸਿਰਫ 30-40 ਸੈਕਿੰਡ ਕੁੱਲ। ਚਲੋ ਜੀ ਉੱਠੋ। ਜਿਹੜਾ ਛੋਟਾ ਬੱਚਾ ਉਹ ਬੈਠਾ ਸੀ ਐਵੇਂ ਮਾੜਾ ਮਾੜਾ ਸਰਕਦਾ ਸੀ, ਅੱਜ ਉਹ ਬਹੁਤ ਵੱਡਾ ਖੁੱਲ੍ਹਾ ਸਾਡਾ ਹਾਲ ਆ, ਉਹਦੇ ਵਿੱਚ ਉਹ ਰੁੜਿਆ ਫਿਰਦਾ ਪੂਰਾ ਆਪਣੀ ਖੁਸ਼ੀ ਨਾਲ। ਲੱਤਾਂ ਬਾਹਾਂ ਦੇ ਮਸਲ ਹੈਗੇ, ਇਹਦੇ ਵਿੱਚ ਇੰਪਰੂਵਮੈਂਟ ਹੁੰਦੀ ਆ? ਹਾਂਜੀ, ਬਹੁਤ ਫਰਕ ਪਿਆ, ਨਾਲੇ ਸਮਾਂ ਵੀ ਬਹੁਤ ਥੋੜ੍ਹਾ ਹੋਇਆ ਜੀ, ਮਹੀਨੇ ਦੀ ਦਵਾਈ ਵਾਲੇ ਸਾਨੂੰ ਮਹੀਨਾ ਹੋਇਆ ਜੀ। ਤਾਂ ਜਿਹੜਾ ਐਲੋਪੈਥੀ ਡਾਕਟਰ ਉਹ ਤਾਂ ਇਹ ਕਹਿੰਦਾ ਵੀ ਇਹ ਚਾਲੂ ਹੀ ਨਹੀਂ ਹੋ ਸਕਦਾ, ਆਪਾਂ ਤੁਹਾਡੇ ਸਾਹਮਣੇ ਆਪਾਂ ਇਹਨਾਂ ਨੂੰ ਇੱਕ ਅੱਧੀ ਵੀਡੀਓ ਤੋਂ ਬਾਅਦ 1-1.5 ਮਹੀਨਾ ਬਾਅਦ ਦੁਬਾਰਾ ਇਹਨਾਂ ਬੱਚਿਆਂ ਨੂੰ ਤੋੜ ਕੇ ਭਜਾ ਕੇ ਦਿਖਾਵਾਂਗੇ। ਕਈ ਬੰਦੇ ਮੈਨੂੰ ਫੋਨ 'ਤੇ ਹੀ ਦਵਾਈ ਪੁੱਛਣ ਲੱਗ ਜਾਂਦੇ ਆ ਜੀ, ਆਰਾਮ ਆ ਜੂਗਾ, ਆਹ ਉਹ ਆ ਜੂਗਾ। ਮੈਂ ਬਿਨਾਂ ਦੇਖੇ ਮਰੀਜ਼ ਨੂੰ ਕਿਵੇਂ ਕਹਿ ਦਿਆਂ ਵੀ ਇਹਦਾ ਹੋ ਸਕਦਾ? ਕਈ ਬੰਦੇ ਕਹਿੰਦੇ ਵੀਡੀਓ ਪਾ ਦਈਏ ਜੀ, ਉਹ ਵੀਡੀਓ ਨਾਲ ਮੈਂ ਉਹਦੀ ਨਵੀਂ ਥੋੜ੍ਹੀ ਦੇਖ ਸਕਦਾ। ਜਿਹੜਾ ਕੱਦ ਹੈ, ਕੱਦ ਦੀ ਦਵਾਈ ਮੈਂ 1 ਇੰਚ ਦੀ ਗਰੰਟੀ ਦਿੰਦਾ ਹਰ ਮਹੀਨੇ, 1 ਮਹੀਨੇ 'ਚ, ਅਤੇ 3 ਮਹੀਨਿਆਂ 'ਚ ਅਸੀਂ 3 ਇੰਚ ਦੀ ਗਰੰਟੀ ਦਿੰਦੇ ਹਾਂ, ਕੱਦ ਹਰ ਹਾਲਤ ਵਧਾਉਂਦੇ ਹਾਂ। ਗੋਡੇ ਵਾਲਾ, ਮੋਢੇ ਵਾਲਾ ਅਤੇ ਲੱਕ ਵਾਲਾ, ਡਿਸਕ ਵਾਲਾ, ਜਿਹੜਾ ਮਰਜ਼ੀ ਪੇਸ਼ੈਂਟ ਦਿਓ, ਇਹ ਤਾਂ ਨਾ ਪੱਟੀ ਨਾ ਪੱਟਾ ਨਾ ਖਿੱਚ, ਕਦੇ ਨਹੀਂ ਲਾਈ। ਕੋਈ ਟੀਕਾ ਨਹੀਂ, ਕੋਈ ਓਪਰੇਸ਼ਨ ਨਹੀਂ? ਟੀਕਾ ਨਹੀਂ, ਕੋਈ ਓਪਰੇਸ਼ਨ ਨਹੀਂ, ਸਿਰਫ ਖਾਣ ਨੂੰ ਮੈਂ ਫਿੱਟ ਕਰਕੇ ਦਵਾਈ ਦੇਣੀ ਹੈ ਖਾਲੀ। ਸਾਡੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਰਦੀਪ ਸਿੰਘ ਤੱਕਰ, ਅੱਜ ਅਸੀਂ ਜਾਵਾਂਗੇ ਸ਼੍ਰੀ ਚੰਦ ਦੇਸੀ ਦਵਾਖਾਨਾ, ਜਿੱਥੇ ਤੁਹਾਡੇ ਬਹੁਤ ਸਾਰੇ ਫਾਇਦੇ ਕਰਾਂਗੇ, ਕਿਉਂਕਿ ਖਾਸ ਵੀਡੀਓ ਦੇ ਵਿੱਚ ਅਸੀਂ ਦਿਖਾਵਾਂਗੇ ਜਿਹੜੇ ਛੋਟੇ ਛੋਟੇ ਬੱਚੇ ਬਾਏ ਬਰਥ ਨਹੀਂ ਚੱਲ ਫਿਰ ਸਕਦੇ, ਜਿਨ੍ਹਾਂ ਨੇ ਮਸਲ ਪ੍ਰੋਬਲਮਸ ਹੈਗੀਆਂ ਆ, ਜਿਹੜੇ ਤੁਰਨਾ ਫਿਰਨਾ ਜਿਨ੍ਹਾਂ ਲਈ ਮੁਸ਼ਕਲ ਹੈਗਾ, ਉਹਨਾਂ ਨੂੰ ਵੈਦ ਜੀ ਬਿਲਕੁਲ ਸਰਲ ਤਰੀਕੇ ਨਾਲ ਠੀਕ ਕਰ ਰਹੇ ਆ। ਜਦੋਂ ਤੁਹਾਨੂੰ ਹਸਪਤਾਲਾਂ ਤੋਂ ਜਵਾਬ ਮਿਲ ਜਾਂਦਾ, ਡਾਕਟਰ ਕਹਿੰਦੇ ਬੱਚੇ ਚੱਲ ਫਿਰ ਨਹੀਂ ਸਕਦੇ, ਉੱਥੇ ਇੱਕ ਆਸ ਦੀ ਕਿਰਨ ਬਣ ਜਾਂਦੇ ਆ ਬੈਦ ਜਸਵੰਤ ਸਿੰਘ ਜੀ, ਜਿੱਥੇ ਤੁਹਾਨੂੰ ਠੀਕ ਤਾਂ ਕੀਤਾ ਜਾਂਦਾ। ਇਸ ਤੋਂ ਇਲਾਵਾ ਗੋਡਿਆਂ ਦੇ ਦਰਦ, ਜੋੜਾਂ ਦੇ ਦਰਦ, ਮੋਢਿਆਂ ਦਾ ਦਰਦ, ਸਰਵਾਈਕਲ, ਚਾਹੇ ਤੁਹਾਡੀ ਬੈਕ ਪੇਨ ਹੈਗੀ ਆ, ਇਹੋ ਜਿਹੀਆਂ ਸਮੱਸਿਆ ਨੂੰ ਵੀ ਦੂਰ ਕਰਦੇ। ਨਾਲ ਦੀ ਨਾਲ ਤੁਸੀਂ ਆਪਣੇ ਕੱਦ ਨੂੰ ਲੰਬਾ ਕਰਨਾ ਆ, ਤੁਸੀਂ ਮੋਟੇ ਹੋ, ਤੁਸੀਂ ਪਤਲੇ ਹੋ, ਆਪਣੇ ਸਰੀਰ ਦੀ ਬਣਤਰ ਠੀਕ ਕਰਨੀ, ਅਤੇ ਉਹ ਵੀ ਬੈਦ ਜੀ ਬੜੇ ਵਧੀਆ ਤਰੀਕੇ ਨਾਲ ਤੁਹਾਨੂੰ ਠੀਕ ਕਰਦੇ ਹੈਗੇ ਆ। ਉੱਥੇ ਬਹੁਤ ਸਾਰੇ ਲੋਕ ਵੀ ਆਏ ਹੋਣਗੇ, ਜਿੰਨੇ ਵੀ ਉੱਥੇ ਮਰੀਜ਼ ਆਏ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ, ਅਤੇ ਨਾਲ ਬੈਦ ਜੀ ਨਾਲ ਅੱਜ ਅਸੀਂ ਬਹੁਤ ਕੀਮਤੀ ਗੱਲਾਂ ਕਰਨੀਆਂ। ਵੀਡੀਓ ਐਂਡ ਤੱਕ ਦੇਖ ਲਿਓ, ਤੁਹਾਡੇ ਫਾਇਦੇ ਅਸੀਂ ਕਰਾ ਕੇ ਜਾਵਾਂਗੇ। ਸਲੋ ਜੀ, ਹੁਣ ਆਪਾਂ ਵੈਦ ਜੀ ਨਾਲ ਗੱਲਬਾਤ ਕਰਦੇ ਹਾਂ। ਪਿਛਲੀ ਵਾਰ ਅਸੀਂ ਗੱਲ ਕੀਤੀ ਸੀ ਗੋਡਿਆਂ, ਜੋੜਾਂ, ਮੋਢਿਆਂ, ਦਰਦਾਂ ਦੇ ਵਿੱਚ। ਵੈਦ ਜੀ, ਅੱਜ ਕੱਲ੍ਹ ਪਹਿਲਾਂ ਵੀ 2-3 ਵੀਡੀਓ ਦੇ ਵਿੱਚ ਅਸੀਂ ਆਏ ਹੈਗੇ ਹਾਂ, ਜਿਹੜੇ ਬਾਏ ਬਰਥ ਬੱਚੇ ਉਹਨਾਂ ਦੀ ਕਮਜ਼ੋਰੀ ਹੁੰਦੀ ਹੈ ਲੱਤਾਂ ਬਾਹਾਂ ਦੇ ਵਿੱਚ, ਚੱਲਣ ਫਿਰਨ ਦੇ ਵਿੱਚ, ਉਹਨਾਂ ਦਾ ਕਿਸ ਤਰੀਕੇ ਨਾਲ ਇਲਾਜ ਚੱਲ ਰਿਹਾ? ਦੇਖੋ, ਸਾਡੇ ਕੋਲ ਜਿਹੜੀ ਦਵਾਈ ਆ ਉਹ ਟੋਟਲੀ ਦੇਸੀ ਹੈ, ਅਤੇ ਦੇਸੀ ਦਵਾਈ ਦੇ ਵਿੱਚ ਹਰ ਬੰਦਾ ਕਹਿੰਦਾ ਤਾਂ ਹੈਗਾ ਮੈਂ ਦੇਸੀ ਕੰਮ ਕਰਦਾ, ਅਤੇ ਅਸੀਂ ਤਾਂ ਪੀੜ੍ਹੀ ਦਰ ਪੀੜ੍ਹੀ ਕਰਦੇ ਰਹੇ, 21ਵੀਂ ਪੁਸਤ ਵਿੱਚ ਮੈਂ ਕਰਦਾ। ਜਿਹੜੀ ਸਾਡੀ ਦਵਾਈ ਹੈ, ਇਹ ਬੱਚਿਆਂ ਨੂੰ ਮੈਂ ਮਤਲਬ 15 ਦਿਨ ਦੀ ਦਵਾਈ ਕਹਿ ਕੇ ਦਿੱਤੀ ਸੀ, 15 ਦਿਨ ਦੀ ਬਜਾਏ ਇਹਨਾਂ ਨੇ ਉਹ ਮਹੀਨੇ 'ਚ ਵਰਤੀ ਹੈ, ਇਹ ਅੱਗੇ ਨਾਲੋਂ ਵਧੀਆ ਨੇ, ਮੈਨੂੰ ਲੱਗਦਾ ਵੀ 1.5 ਮਹੀਨੇ 'ਚ ਵਧੀਆ ਭੱਜਣ ਲੱਗ ਜਾਣਗੇ। ਅਤੇ ਜਿਹੜਾ ਦੇਸੀ ਦਵਾਈ ਦਾ ਸਾਡਾ ਇਹਦੇ 'ਤੇ ਵਰਕ ਹੈ, ਉਹ ਵਰਕ ਇਹ ਆ ਵੀ ਚਾਂਦੀ ਭਸਮ, ਕੇਸਰ ਵਗੈਰਾ, ਅਤੇ ਜਾਂ ਆਪਣੇ ਅਰਕ ਨੇ ਜਿਹਦੇ ਵਿੱਚ ਬਿੱਲ ਦਾ ਅਰਕ ਹੈ, ਅਨਾਰ ਦਾ ਅਰਕ ਹੈ, ਅਮਰੂਦ ਦਾ ਹੈ, ਹਾੜਾਂ ਦਾ, ਔਲੇ ਦਾ ਅਤੇ ਖਵਾਣੀ ਦਾ, ਇਹ 7 ਅਰਕ ਨੇ ਜਿਹੜੇ ਅਸੀਂ ਵਰਤਦੇ ਹਾਂ। ਇੱਕ ਆਹ ਦਵਾਈ ਇਹਨਾਂ ਨੂੰ ਮੈਂ ਦਿੱਤੀ ਹੈ ਇਹਦੇ ਨਾਲ, ਇਹ ਦਵਾਈ ਹੈ, ਇਹ ਆਪਣੀ ਤਿਆਰ ਕੀਤੀ ਹੈ, ਆਹ ਦੇਖੋ ਇਹਦੇ ਵਿੱਚ ਆ ਜੰਮਿਆ ਹੋਇਆ, ਇਹਨੂੰ ਆਹ ਜਿਹੜੀ ਦਵਾਈ ਦਿੰਦੇ ਹਾਂ, ਇਹ ਜਦੋਂ ਦਵਾਈ ਦੇ ਦਿੱਤੀ ਇਹ ਨਾਲ ਬੱਚਾ ਇੱਕ ਕਿਸਮ ਦਾ ਇਹਨਾਂ ਨਾਲ ਖੂਨ ਬਣਨ ਲੱਗ ਜਾਣਾ ਨਵਾਂ, ਅਤੇ ਜਿਹੜੇ ਮਸਲ ਹੈ ਉਹ ਪੂਰੇ ਕਾਮਯਾਬ ਹੋਣੇ ਚਾਲੂ ਹੋਣੇ, ਅੰਦਰੂਨੀ ਅੰਗ ਸਟਰੋਂਗ ਹੋਣੇ ਚਾਲੂ ਹੋ ਜਾਂਦੇ, ਅਤੇ ਬੱਚਾ ਕਾਮਯਾਬ ਹੋ ਜਾਂਦਾ। ਮੈਨੂੰ ਇੱਕ ਗੱਲ ਸੋ, ਕੋਈ ਬੱਚਾ ਤਾਂ 1 ਸਾਲ ਦਾ ਹੁੰਦਾ, 2 ਸਾਲ ਹੁੰਦਾ, ਕੋਈ 15 ਸਾਲ ਦਾ, ਕਿਸੇ ਦਾ ਵੇਟ ਜ਼ਿਆਦਾ ਵੱਧ ਜਾਂਦਾ, ਉਹਨਾਂ ਨੂੰ ਮੋਟਾਪਾ ਵੀ ਹੋਇਆ ਹੁੰਦਾ, ਸੋ ਹਰ ਇੱਕ ਬੱਚੇ ਨੂੰ ਕਿਸ ਤਰ੍ਹਾਂ ਟੈਕਲ ਕਰਦੇ ਹੋ ਤੁਸੀਂ? ਦੇਖੋ, ਜਿਹੜਾ ਬੱਚਾ ਤਾਂ ਜਿਵੇਂ ਹੁਣ ਇਹ ਬੱਚੇ ਤਾਂ ਜੇ ਬਲੂਰ ਨੇ, ਇਹਨਾਂ ਦੀ ਵਧਣ ਵਾਲੀ ਉਮਰ ਹੈ, ਇਹਨਾਂ ਨੇ ਬਹੁਤ ਛੇਤੀ ਕਵਰ ਕਰਨਾ। ਜਿਹੜਾ ਬੰਦਾ ਮਤਲਬ ਬੱਚਾ ਵਧਣ ਵਾਲੀ ਉਮਰ ਦੇ ਐਂਡ 'ਤੇ ਚਲਾ ਗਿਆ, ਉਹਨੂੰ ਥੋੜ੍ਹਾ ਜਿਹਾ ਟਾਈਮ ਲੱਗਦਾ, ਅਤੇ ਜਿਹੜੇ ਇਹ ਆ ਇਹਨਾਂ ਨੇ ਤਾਂ ਅਜੇ ਵਧਣਾ, ਇਹਨਾਂ ਨੇ ਵਧਣਾ, ਉਮਰ ਵਧਣ ਵਾਲੀ ਆ, ਅਤੇ ਇਹ ਜਲਦੀ ਕਵਰ ਕਰਨਗੇ, ਤਾਂ ਮੈਨੂੰ ਲੱਗਦਾ ਵੀ 1-1.5 ਮਹੀਨੇ ਭੱਜਣ ਲੱਗ ਜਾਣਾ ਦੋਨੋਂ। ਸਰ, ਬਹੁਤ ਸਾਰੇ ਇੱਥੇ ਪੇਰੈਂਟਸ ਪਹਿਲਾਂ ਵੀ ਆਏ ਦੇਖਿਆ, ਉਹ ਕਹਿੰਦੇ ਅਸੀਂ ਡਾਕਟਰਾਂ ਕੋਲ ਬੜੇ ਗਏ, ਅਸੀਂ ਵੈਦਾਂ ਕੋਲ ਬਹੁਤ ਗਏ ਹਾਂ, ਵੀ ਉਹ ਸਾਨੂੰ ਕਹਿੰਦੇ ਵੀ ਹੁਣ ਸੌਰੀ ਹੈ, ਇਹ ਨਹੀਂ ਚੱਲ ਸਕਦੇ, ਵੀ ਇਹਨਾਂ ਦੇ ਵਿੱਚ ਸ਼ਕਤੀ ਨਹੀਂ ਰਹੀ ਹੈਗੀ।
थोड़े को कहने भी महीने चला देंगे दो महीने चला देंगे उन्हें डिग्रियां भी कीतियां आ बड़े बड़े हॉस्पिटल ही पाए तुम इस चीज़ को चैलेंज किदां करते हो। देखो एक होंगी है कल्ली पढ़ाई एक होंदा तजर्बा। मैनू मेरे काम के मेरा 52 साल का तजर्बा तो अज भी बापू जी 131 साल के ने जे कोई काम अड़ता तो उन्होंने सदै करते हैं। सर जी कि चेर पहला आए थे बच्चों लैके तो हूँ कि चेर हो गया दवाई खाद तो कोई फर्क पिया? एक महीना हो गया जी एक महीने की दवाई इन्होंने दिती सू 15 दिन की सानू नहीं पता जी सब तो थोड़ी दिती जाती रही थी उस हिसाब न सा बहुत फर्क आ जोड़ा छोटा बच्चा वह बैठा सी एवं माड़ा माड़ा सिरकता सी अज वो बहुत बड़ा खुला साड़ा हाल आ रुड़िया फिर पूरा अपनी खुशी ना लत्तां बाहां दे मसल है ये इंप्रूवमेंट होंगी है। हाँ जी बहुत फर्क पिया नाले समा भी बहुत थोड़ा होया जी महीने की दवाई वाले सानू महीना होया जी एक दूजी आर लैन आए हैं सानू पूरी उम्मीद आ बाकी इन्होंने विश्वास दवाया गल कह कि गुरु महाराज दी आ जी ये भी उन्होंने जोड़ दिया दवाई उत्थे फिर कि मैंने काम करूँ जरूर करूँ जी जो उस मालक दे भरोसा भी आपां नूं बाकी इन्हां नूं भी बहुत भरोसा इस तरह का जी दवाई ने फिर आपां नूं काम करना ही है बाकी आप पता लगता जी दवाई असीं दूजी आर लैन आए हैं। सो इतने बहुत सारे आते सूँ हर वीडियो के दिखाई दा सो इतों मेडिसिन भी लेंदे अप्रूवमेंट भी होंगी सो महीने के पूरी हरकत होनी शुरू हो जाएगी थोड़े मुताबिक? देखो मेरा तो अकॉर्डिंग ये भी इन्हों 2 महीनों के वधिया भजन भुजन लग जाएंगे कोई इदों वध ज़्यादा होनी क्योंकि इन्हां दी वधण वाली उम्र है ये असल दे विच जदों एक डॉक्टर यही नहीं पता कि हुंदा क्यों है वह इलाज वो की करूगा जिस बंदे नूं ये पता भी इस पॉइंट ते होया है जे वो इलाज इहदा कर सकदा तो जिहड़ी मसल प्रॉब्लम है ये बहुत बच्चे इदां डॉक्टर तो जिहड़ा एलोपैथी डॉक्टर उह तां ये कहिंदा भी ये चालू ही नहीं हो सकता आपां तुहाडे सामने आपां इन्हां नूं एक अद्धी वीडियो तो बाद एक अद्धा 1.5 महीना बाद दोबारा इन्हां बच्चों को तोर के भजा के दिखावांगे तो हर हालत और हाँ भजणगे भी तो दूसरा पॉइंट है भी मेरे को जी दवाई है जिमें अस्थमे का वो अस्थमा जिमें किसी भी बंद अस्थमे बारे नहीं पता कि अस्थमा होंदा की है जिमें आ फेफड़ा है ये इदा इन्नी बलगम जाके जम गई तो आ जो फेफड़ा इन्ना ही बचता है ये जो हवा शरीर ने अंदर खिंचनी है वह फेफड़े च उन्नी हवा जाती नहीं तो वो हवा शरीर की पूरी करने खातर 3 बारी इदा करता जिन्ने टाइम से उन्हें 2 बारी उदा करना या 4 बारी उदा करता सह लेंदा उन्होंने आप कहने फेफड़ा ब्लॉक है तो इनू अस्थमा है तो जिहड़ा फेफड़ा असी जिहड़ी दवाई दें अस्थमे तो वह दवाई सिर्फ 3-4 बूटियां ने उबाल के दें उबाल के देने की है कि जी फेफड़े की बलगम कट के मतलब बाहर कट दें लैटरीन वास्ते तो जी नाड़ खुल जाती है फेफड़े हवा पूरी जान जाती जान लग जाती है तो फेफड़ा पूरा कामयाब हो जाता उन्होंने आप कहने अस्थमा हट गया। बहुत सारे मरीज इदा के भी होंगे जे कहते भी गोडे बहुत दुखते हैं भी उत्थे भी डॉक्टर कहते 3 लाख के गोडे बदला लो बहुत सारे इदा के होंगे मोटे सर्वाइकल किसी की बैक पेन उन्होंने भी कितना हल कर इस जी गोडे मोडे की गल करिए मेरा 1 मिनट का ही काम है मेरे ख्याल गोडा या मोढ़ा फिट करना ही 60 से 80% तक तो मैं जल्दी रिलीफ दे दिना क्योंकि बंदे यही नहीं पता हर जिहड़ा एक डॉक्टर आ ना उन्हें स्लिप लई मूहरे जिहड़ियां कुड़ियां रिसेप्शन से बैठी उन्होंने स्लिप बना दी डॉक्टर ने सिर्फ उन्होंने पुछ के कलम नाल लिखना ही है एक हड्डी इतों इतने आ गई इहनू खाण वाली दवाई इतने कर सकती कोई जो कर नहीं सकती भी जिंदे गोडे की फिटिंग नहीं कर दें तो गोडा ठीक किवें हो खाने वाली दवाई तो नशा दे के दर्द रोक सकता है वो को खाने वाली दवाई ना गोडे नहीं कल हट सकते असी दवाई किस चीज़ की दें असल दवाई नहीं वो एक किस्म की ताकत वाली दवाई है तो ताकत की खुराक कह लो तो जी गोडिया तो दें जिमें गोडे सैट किया सैट करने बाद बंद तोर के देखा बंदा ठीक है रिलीफ सही बनता तो उस बाद दवाई जी गोडा भी उत्थे ग्रिप रहे तो दोबारा हड्डी उतों हिले ना चर्बी का की आप सोचिए गोडे मोडे चो चर्बी कली गोडे चो हटनी है खत्म होनी है बाकी शरीर के ज्वाइंटा चो चर्बी क्यों नहीं खत्म होंगी तो यह तो एक जिहड़ा एलोपैथी वाला डॉक्टर वो सिर्फ पढ़ाई है साडा यह तजर्बा है तो जिहड़ा डेस्क या सर्वाइकल मैं एक चीज़ तुहानूं स्पष्ट कर रहा जिहड़ा बंदा तुरिया फिरदा उहदे कदे भी रीढ़ की हड्डी के मणकियां च गैप ना वध हुंदा ना घट हुंदा तो ना ही मणका कदे हिलिया हुंदा जे एक सूत मणका हिल गया तो बंदा बैड ते पासा लै सकदा उठ के तुर नहीं सकदा तो जे 2 सूत हिल गया तुरना तो बहुत दूर की गल है तो वह बंदा पासा भी नहीं ले सकता जिहड़ा डॉक्टर कहिंदा तुहानूं भी हाँ ये मणके हिल गए जां दब गए मैं एक चीज़ तुहानूं स्पष्ट कर रीढ़ की हड्डी इदां सप्प ते सी वांगू इधर मोड़ दे इधर मोड़ दे इधर मोड़ दे जिधर मर्जी मोड़ दिओ रीढ़ की हड्डी फ्लैक्सीबल है जिहड़ी पट वाली हड्डी जाके लक वाली हड्डी दे विच फसदी है उहदे चों जॉइंट दे विच पौणा इंची दा गैप है उहदे चों आ दिमाग वाली मेन नाड़ जिहनूं आपां सुखना नाड़ी नर्वस सिस्टम वाली नाड़ कहिंदे आ उह लंघदी है जदों आपां किसी चीज़ नूं धक्कदे आ चक्कदे आ जां खिच्चदे आ आपां वित्त तो ज़्यादा जोर लाने जी पट वाली हड्डी है तो ग्रिप कर जाने ग्रिप करने दो हड्डियों के विचाले नाड़ चिप होगी
या नाड़ फ्रैक्चर हो गया, ब्लड बाहर निकल गया, या नाड़ की झीड़ ला के सोज हो गई, तीन पॉइंट होंगे। वो जदों वो जॉइंट का गैप कट गया वो दर्द उत्थे होना ही मतलब होना ही होना है, वो दर्द जिहड़ा लत्त थले जाण लग जाण। तो डॉक्टर उन्होंने कई तो कहें सैटिका का दर्द, कोई कुछ कोई रीह का दर्द कही जाता, कोई कैसे का दर्द कही जाता। मेरे दिमाग के एक ही गल है कि जॉइंट का गैप घटे होंगे। असी जो साढ़े को पेशेंट आता असी दिमाग जॉइंट का गैप खोल दें, बंदे की जकड़न का जल्दी टुट जाती है। असी फ्रेंड एट ए टाइम रिलीफ पाँगा भी हाँ मैं बिना किसी दवाई तो। दवाई मैं किस चीज़ की दिना, चांदी पसम एरन पसम के अरना बुटी का सत्त जिहड़ा जिवें आ हड्डी इतों इतने आ गई, इनू इतने कर दिता आसी कहने दोबारा हिलण की गुंजाइश ना रहे, जी दुआले चर्बी भर जाए मास भर जाए। तो जिहड़ा नाड़ नूं खोलण लई दवाई आ उह जिहड़ा अरना बुटी का सत्त है। दर्द किसी भी अंग ने उदों करना जदों उहदे विच ब्लड सर्कल घटना। तो असी जिहड़ा अरना बुटी का सत्त दिंदे आ चांदी भस्म अरन भस्म दे विच, उहने ब्लड सर्कल सारे सी इक्को जिहा कर देना, दर्द उहने किते होण ही नहीं देना। तो दर्द का मतलब ही कोई नहीं कि दर्द होवे। तुसीं कहिंदे उहने भी जे किसी ने कद लंबा करना, भार ज़्यादा घटाउणा, घटाउणा ने वधाउणा, उह भी ठीक कर दिओ? बिल्कुल जी, वेट लूज की जिहड़ी दवाई है वह तकरीबन कह लो भी जिन्ना असी जिहड़ी गरंटी नाल दवाई दिंदे आ बंदे दा वेट असी कहिंदे तोलो साडीआं अखां सामणे, दवाई लवे महीने बाद 6-7 किलो आउट होगा हर हालत। जिहड़ा कद है कद की दवाई मैं 1 इंच की गरंटी दिंदा हर महीने, 1 महीने च 3 महीने असं 3 इंच की गरंटी दिंदे कद हर हालत वधाउने। तो जिहड़ा इस तों अगे पॉइंट आ जिवें आपां कह लईए भी किसी दे सिर दर्द है, माइग्रेन है, तो उन्होंने चीज़ों की भी आम ही दवाई है। की दिक्कत सी तुहानू? गोडा का मैं तो हो गया 8 साल, कोई चीज़ नहीं छड़ी आ लुधियाना या कोई होर हरेक थों तो ले आ जांदी, बाहरों भी दवाइया मंगा मंगा के आस्ट्रेलिया तो भी खा लिया जी, ठीक नहीं होया अज हूँ ही 50 पैसे फर्क आ। अच्छा आस्ट्रेलिया वाले डॉक्टर भी फर्क नहीं कर सके हैं दवाइया? दवाई देंगे गोली जी, मतलब वो 80 रुपये नहीं खा ला ना खाला एक बराबर ही है, कोई फर्क नहीं पे। तो एन हो हुए 5 मिनट तुम क्या ठीक हो गए? अगे होंगे ही नहीं आए जमें नहीं होंगे। ये की करामात हुई फिर? करामात इन्हों की हुई है बाबे की कृपा हुई नाल। भाजी कहते भी लुधियाने के कोई डॉक्टर नहीं छे आस्ट्रेलिया ने दवाइया सदियाँ मिनट कहते 5 च ठीक। मैं यार पहला भी गल तुम्हें स्पष्ट कर चुके भी जो मैं फिट करता गोडा 70-80% के लगभग 50-80% एट ए टाइम ही फिट हो जाता है। वह जिन्ना मर्जी पुराना जिन्ना मर्जी खराब है गोडे जो सैटिंग होगी ना हड्डी सैटिंग होगी गोडा दुखण हट जाता गोडा नहीं दुखता। तो जेडे लोगों के वहम है दिमाग के भी ये गोडा हम चेंज करे की गल बननी है, जो डॉक्टर कहते चेंज ही होगा मेरा चैलेंज है जो मर्जी दो मैं केस मिलगा मैं तोर के दिखाऊंगा बिल्कुल वधिया तोरूंगा और कोई दर्द नहीं होगा। जेडे लोगों डॉक्टर कहते हैं भी तुम गोडे चेंज कराओ होर कोई हल नहीं उन्होंने भी ठीक कर दूंगे बिल्कुल करा गोडे वाला जो मर्जी पेशेंट दो गोडे वाला मोडे वाला तो लक वाला डिस्क वाला जोड़ा मर्जी पेशेंट दो ये ना पट्टी ना पट्टा ना खिच कदे नहीं लाई कोई टीका नहीं कोई ऑपरेशन नहीं टीका नहीं कोई ऑपरेशन नहीं सिर्फ खाण नूं मैं फिट करके दवाई देनी है खाली फिट करके दवाई देनी है खाली 1.5 महीना 1.5 महीने के मैं ओके कर देना 97% मरीज नूं। डॉक्टर का कहना 3 लाख तो बिना गले नहीं बननी है कि गोडे चेंज करने पैने मित्रा मैं कहना भी वध तो वध 1.5 महीने की दवाई का 10,500 खर्चा है तो जी खानू 2 महीने खाने भी अच्छे 14,000 रुपया खर्चा मैंने लगता भी इन्ने के गोडे की कदम लोड़ ही नहीं गोडा ना मोढ़ा ना लक कदे भी नहीं कर दिता। सो जे मरीज कहें भी गोडे बदलाने पेंदे आ जां डॉक्टर कहें होर कोई ऑप्शन है नहीं तुसीं इत्थे आ सकते हैं सो अंकल जी कहें भी 5 मिनट के सानू फर्क पै गया ना ऑपरेशन कराने तैयार से बुरा हाल है मेरा बहुत औखा सी डॉक्टर ने कहा ऑपरेशन करा लो हाँ जिन्होंने दिखाना कहता गैप पै गया वो हो गया जी तेन करवाना ही पैना थोड़ी तो इन्हों की संधि करी भी है कोई बच्चा बचालिया बचोलिया की भी आए हैं मैं आप ही बाजता तुरे आना भी शायद कुदरती चीज कुदरती होंगी है हूँ ऑपरेशन कराने की लड़ तो नहीं लड़ तो कमें पेगी जो बाबे ने कृपा करती तो लड़ ही नहीं पैनी जेड़ा ये कहें रीढ़ की हड्डी मणक गैप आ गया जी MRI करवाई फिर 4-5 LH सीधा हो जा रहा है। बहुत सारे तो डॉक्टर कहें पहले तुम यही कराओ फिर उन्हें खोले होंगे भी आके मालशा कराओ फिर कहते पट्टी बन के फिर कहते पट्टी नहीं कोई पट्टा नहीं कोई खिच नहीं आ तेरे सामने आ ढिला छड़ दे ढिला छड़ दे यार। सो तुम देखो भी जेडे कहते होंगे भी थानू तो पट्टे बन के तुरना पैना थानू हर रोज़ इतने मालश ही करवाना पैना जरा 300-300 रुपया एक दिन का लिया जाता 400-400 ना इतने बैच ही करवाते हैं आ देखो आस है ये नाल ही करते करते 4-5 मिनट के रिलीफ मिल जाती है 4-5 मिनट कि सिर्फ 30 सैकेंड लगते हैं सिर्फ 30-40 सैकेंड खुल चलो जी उठो सरदार जी कदों की प्रॉब्लम सी थानू प्रॉब्लम तो जी असली मैं थोड़ा दसा मैं 20 साल तो है मतलब कोई
ਉਦੋਂ ਪਹਿਲਾਂ ਤੋਂ ਮਾੜੀ ਮੋਟੀ ਕਦੇ ਕਿਸੇ ਤੋਂ ਲੈ ਲਈ ਕਦੇ ਕਿਸੇ ਤੋਂ ਲੈ ਲਈ ਬਸ ਐਂ ਉੱਥੋਂ ਫਰਕ ਪਿਆ ਨਹੀਂ ਕੋਈ 19-20 ਦਾ ਫਰਕ ਪਿਆ ਬਾਹਲਾ ਉਹ ਤਾਂ ਕਹਿੰਦੀ ਆਪਰੇਸ਼ਨ ਕਰਾਓ ਅੱਜ ਪਹਿਲੀ ਰਹੇ ਤੁਸੀਂ ਅਸੀਂ ਪਹਿਲੀ ਗਏ ਆਪਰੇਸ਼ਨ ਦੀ ਗੱਲ ਕਹਿੰਦੇ ਆਪਰੇਸ਼ਨ ਕਿਸ ਚੀਜ਼ ਦਾ ਕਹਿੰਦੇ ਆਪਰੇਸ਼ਨ ਕਰਾਓ ਰੀੜ ਦੀ ਹੱਡੀ ਦਾ ਹਾਂ ਵੀ ਆਪਰੇਸ਼ਨ ਤੋਂ ਬਗੈਰ ਇਹਦਾ ਹੱਲ ਨਹੀਂ ਹੋਣਾ ਅਸੀਂ ਕਹਾਂ ਜੀ ਅਸੀਂ ਆਪਰੇਸ਼ਨ ਕਰਾਉਣਾ ਨਹੀਂ ਵੀ ਦਵਾਈ ਦੇ ਦਿਓ ਪਰ ਉਹਨਾਂ ਨੇ ਫਿਰ ਦਵਾਈ ਦਿੱਤੀ ਮਾੜਾ ਮੋਟਾ ਫਰਕ ਪਿਆ ਪਰ ਬਾਹਲਾ ਬਹੁਤ ਸਾਰੇ ਇਹੋ ਜਿਹੇ ਮਰੀਜ਼ ਜਿਨ੍ਹਾਂ ਨੂੰ ਕਹਿੰਦੇ ਵੀ ਗੋਡੇ ਚੇਂਜ ਕਰਾ ਲਓ 3 ਲੱਖ ਦੇ ਗੋਡੇ ਬਦਲਾ ਲਓ ਕੋਈ ਕਹਿੰਦੇ ਰੀੜ ਦੀ ਹੱਡੀ ਦਾ ਆਪਰੇਸ਼ਨ ਕਰਾ ਲਓ ਪਰ ਵੈਦ ਜੀ ਕਹਿੰਦੇ ਤੁਸੀਂ ਇੱਥੇ ਆਓ ਅਸੀਂ ਦਵਾਈ ਦੇ ਨਾਲ ਹੀ ਤੁਹਾਨੂੰ ਠੀਕ ਕਰ ਦਿਆਂਗੇ ਤੁਹਾਡੀ ਜਿਹੜੀ ਅਸਲੀ ਰੀੜ ਦੀ ਹੱਡੀ ਉਹੀ ਕੰਮ ਕਰੂਗੀ ਜਿਹੜੇ ਸਾਡੇ ਗੋਡੇ ਉਹੀ ਚੱਲਣਗੇ ਇਦਾਂ ਲੋਕੀ ਇੱਥੇ ਆ ਰਹੇ ਆ ਤੇ ਲੋਕਾਂ ਦਾ ਇੱਥੇ ਵਿਸ਼ਵਾਸ ਬਣ ਰਿਹਾ ਆ ਜਿਹੜੇ ਬੰਦੇ ਨੇ ਵੀ ਲੁਧਿਆਣੇ ਤੋਂ ਆਉਣਾ ਉਹ ਤੇ ਹੰਬੜਾ ਰੋਡ ਹੰਬੜਾ ਪਾਰ ਕਰਕੇ ਭੁੰਡੜੀ ਆ 8 ਕਿਲੋਮੀਟਰ ਤੇ ਜਿਸ ਬੰਦੇ ਨੇ ਦਿੱਲੀ ਰੋਡ ਤੋਂ ਜਾਂ ਚੰਡੀਗੜ੍ਹ ਤੋਂ ਆਉਣਾ ਮੈਂ ਉਹਨਾਂ ਨੂੰ ਕਹਿਣਾ ਵੀ ਸਿੱਧਾ ਨਹਿਰ ਪੈ ਜਾਓ ਦਰਾਹੇ ਵਾਲੀ ਨਹਿਰ ਲੈਣਾ ਪਾਰ ਕਰ ਜਾਓ ਅੱਗੇ ਲਿਆਣਾ ਹੰਬੜਾ ਰੋਡ ਆ ਗਿਆ ਉੱਥੋਂ ਹੰਬੜਾ ਤੋਂ ਮੁੜ ਜਾਓ ਹੰਬੜਾ ਤੋਂ ਅੱਗੇ ਭੁੰਦੜੀ ਹੈ ਅਤੇ ਜਿਹਨੇ ਜਗਰਾਉਂ ਵੱਲੋਂ ਆਉਣਾ ਜਾਂ ਉੱਧਰ ਬਠਿੰਡੇ ਵੱਲੋਂ ਆਉਣਾ ਅਤੇ ਉਹਨਾਂ ਨੂੰ ਮੈਂ ਕਹਿ ਰਿਹਾ ਜਗਰਾਉਂ ਤੋਂ ਸਿੱਧਵਾਂ ਬੇਟ ਤੋਂ 8 ਕਿਲੋਮੀਟਰ 'ਤੇ ਭੁੰਦੜੀ ਜਿਹਨੇ ਅੰਮ੍ਰਿਤਸਰ ਤੋਂ ਆਉਣਾ ਉਹ ਜਾਂ ਤਾਂ ਟੂਲ ਟੈਕਸ ਪਾਰ ਕਰੇ ਲਾਡੋਵਾਲਾ ਟੂਲ ਟੈਕਸ ਪਾਰ ਕਰਕੇ ਕਿਲੋਮੀਟਰ ਅੱਗੇ ਲਾਡੋਵਾਲ ਚੌਂਕ ਤੋਂ ਸੱਜੇ ਪਾਸੇ ਮੁੜ ਜਾਓ ਹੰਬੜਾ ਤੋਂ ਅੱਗੇ ਭੁੰਦੜੀ ਅਤੇ ਚਾਹੇ ਉਹ ਜਲੰਧਰ ਤੋਂ ਨਕੋਦਰ ਹੋ ਕੇ ਸਿੱਧਵਾਂ ਬੇਟ ਹੋ ਕੇ ਭੁੰਦੜੀ ਆ ਸਕਦਾ ਕਈ ਵਾਰ ਲੋਕ ਕਹਿੰਦੇ ਵੀ ਅਸੀਂ ਫੋਨ 'ਤੇ ਗੱਲ ਕਰਨੀ ਚਾਹੁੰਦੇ ਹਾਂ ਕੋਈ ਟਾਈਮ ਹੈਗਾ ਜਿਹੜਾ ਸਾਨੂੰ ਫੋਨ ਕਰ ਸਕਣ ਦੇਖੋ ਮੈਂ ਇਸ ਗੱਲ ਦੇ ਮੈਨੂੰ ਜਿੰਨੀ ਦੇਰ ਮੈਂ ਕਈ ਬੰਦੇ ਮੈਨੂੰ ਨਾ ਤੁਹਾਡਾ ਬੜਾ ਵਧੀਆ ਕੁਐਸਚਨ ਕਈ ਬੰਦੇ ਮੈਨੂੰ ਫੋਨ 'ਤੇ ਹੀ ਦਵਾਈ ਪੁੱਛਣ ਲੱਗ ਜਾਂਦੇ ਆ ਜੀ ਆਰਾਮ ਆਜੂਗਾ ਆ ਉਹ ਆਜੂਗਾ ਮੈਂ ਬਿਨਾਂ ਦੇਖੇ ਮਰੀਜ਼ ਨੂੰ ਕਿਵੇਂ ਕਹਿ ਦਿਆਂ ਵੀ ਇਹਦਾ ਹੋ ਸਕਦਾ ਜਦੋਂ ਮੈਂ ਮਰੀਜ਼ ਦੇਖ ਲਿਆ ਮੈਂ ਕਾਉਂਸਲਿੰਗ ਦਾ ਕਿਸੇ ਤੋਂ ਪੈਸਾ ਨਹੀਂ ਲੈਂਦਾ ਮੈਨੂੰ ਇੱਕ ਵਾਰੀ ਮਰੀਜ਼ ਦਿਖਾਉਣ ਅਤੇ ਦਿਖਾਉਣ ਤੋਂ ਬਾਅਦ ਮੈਂ ਜਿਹੜਾ ਕੁਛ ਕਹੂੰਗਾ ਉਨਾ ਟਾਈਮ ਦੇ ਵਿੱਚ ਮੇਰੀ ਗਰੰਟੀ ਹੋਊਗੀ ਮੈਂ ਜਿਹੜਾ ਕੰਮ ਮੇਰੇ ਬਸ ਦੀ ਗੱਲ ਹੈ ਮੈਂ ਉਹਨੂੰ ਹੀ ਹਾਂ ਕਰਦਾ ਅਦਰਵਾਈਜ਼ ਮੇਰੇ ਬਸ ਤੋਂ ਬਾਹਰ ਹੋਵੇ ਮੇਰਾ ਉਹਨੂੰ ਜਵਾਬ ਹੁੰਦਾ ਜਦੋਂ ਮੈਂ ਸਾਹਮਣੇ ਮਰੀਜ਼ ਨੂੰ ਦੇਖੂੰਗਾ ਮੈਂ ਉਹਦੇ ਹਾਲਾਤ ਦੇਖੂੰਗਾ ਕਈ ਬੰਦੇ ਕਹਿੰਦੇ ਵੀਡੀਓ ਪਾ ਦਈਏ ਜੀ ਉਹ ਵੀਡੀਓ ਨਾਲ ਮੈਂ ਉਹਦੀ ਨਵੀਂ ਥੋੜ੍ਹੀ ਦੇਖ ਸਕਦਾ ਜਾਂ ਮੈਂ ਉਹਦਾ ਕੋਈ ਅੰਗ ਚੈੱਕ ਥੋੜ੍ਹੀ ਕਰ ਸਕਦਾ ਵੀ ਹਾਂ ਇਹਦਾ ਅੰਗ ਕਿਹੜਾ ਡੈਮੇਜ ਆ ਕਿੰਨਾ ਡੈਮੇਜ ਆ ਵੀਡੀਓ ਤਾਂ ਮੈਂ ਉਹਨੂੰ ਸਿਰਫ ਹਿਲਦਾ ਜੁਲਦਾ ਦੇਖ ਸਕਦਾ ਅਤੇ ਮੈਂ ਉਹਦੇ ਅੰਗ ਨੂੰ ਹੱਥ ਲਾ ਕੇ ਥੋੜ੍ਹੀ ਦੇਖ ਸਕਦਾ ਅਤੇ ਇਸ ਮੇਰੀ ਬੇਨਤੀ ਹੈ ਕਿ ਵੀ ਜਿਹੜੇ ਬੰਦੇ ਨੇ ਵੀ ਮੈਨੂੰ ਪੇਸ਼ੈਂਟ ਦਿਖਾਉਣਾ ਉਹ ਮੈਨੂੰ ਆ ਕੇ ਜਦੋਂ ਮਰਜ਼ੀ ਮੇਰੇ ਨਾਲ ਬੈਠ ਕੇ ਡਿਸਕਸ ਕਰੇ ਅਤੇ ਜਦੋਂ ਮਰਜ਼ੀ ਮੈਨੂੰ ਦਿਖਾਵੇ ਅਤੇ ਮੈਂ ਉਹਦਾ ਦੇਖਣ ਦਾ ਕੋਈ ਪੈਸਾ ਨਹੀਂ ਲੈਂਦਾ ਦੇਖਣ ਤੋਂ ਬਾਅਦ ਵੀ ਮੈਂ ਪੈਸੇ ਉਹਨੂੰ ਪਹਿਲਾਂ ਦੱਸਦਾ ਇਲਾਜ ਦੇ ਵੀ ਇੰਨੇ ਪੈਸੇ ਲੱਗਣਗੇ ਇੰਨੇ ਮਹੀਨੇ ਦਵਾਈ ਹੋਊਗੀ ਉਹ ਜਿਹੜਾ ਮੈਂ ਟਾਈਮ ਕਹਤਾ ਕਿਸੇ ਨੂੰ ਜਿਵੇਂ 4 ਮਹੀਨੇ ਕਿਸੇ ਨੂੰ 2 ਮਹੀਨੇ ਅਤੇ ਉਹਦੇ ਤੋਂ ਅੰਦਰ ਤਾਂ ਦਵਾਈ ਛੜਾ ਦਿਆਂਗੇ ਉਹਦੇ ਤੋਂ ਮੈਂ ਆਪ ਨਹੀਂ ਲੈ ਕੇ ਜਾਂਦਾ ਕਦੇ ਵੀ 1 ਹਫ਼ਤਾ ਵੀ ਮੇਰੀ ਦਵਾਈ ਆਪ ਨਹੀਂ ਜਾਊਗੀ ਸੋ ਇੱਥੇ ਬਹੁਤ ਸਾਰੇ ਲੋਕ ਆ ਰਹੇ ਆ ਤੁਹਾਨੂੰ ਡਾਕਟਰਾਂ ਤੋਂ ਪਰੇਸ਼ਾਨੀਆਂ ਜਾਂ ਤੁਹਾਡੇ ਨਹੀਂ ਇਲਾਜ ਹੋ ਰਿਹਾ ਤੁਹਾਨੂੰ ਕੋਈ ਜਵਾਬ ਮਿਲ ਗਿਆ ਤੁਸੀਂ ਇੱਥੇ ਆ ਕੇ ਸਲਾਹ ਜ਼ਰੂਰ ਲੈ ਸਕਦੇ ਹੋ ਕੈਮਰਾਮੈਨ ਸੁਖਨਿੰਦਰ ਸਿੰਘ ਦੇ ਨਾਲ ਹਰਦੀਪ ਸਿੰਘ ਤੱਕੜ ਸਾਂਝ ਟੀਵੀ ਭੁੰਦੜੀ